ਹੋਰ ਸੁਣਾਓ ਸਿਹਤ ਯਾਬ ਹੋ ਹੁਣ ਠੀਕ ਹੈ ਜੀ ਬਿਲਕੁਲ ਠੀਕ ਹੈ ਹਾਂ ਮਤਲਬ ਠੀਕ ਮਹਿਸੂਸ ਕਰ ਰਹੇ ਹੋ ਕਿਰਪਾ ਮਿਹਰ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਥੋੜਾ ਹਨਾ ਐਕਸੀਡੈਂਟ ਹੋ ਗਿਆ ਇੱਕ ਤੇ ਥੋੜਾ ਤੁਹਾਨੂੰ ਪ੍ਰੋਬਲਮ ਆਈ ਹੋਰ ਵੀ ਤੇ ਕਿਵੇਂ ਇਲਾਜ ਚੱਲ ਰਿਹਾ ਜੀ ਅੱਜ ਕੱਲ ਰੈਗੂਲਰ ਨਹੀਂ ਬਸ ਅੱਛਾ ਕੋਈ ਦਵਾਈ ਬੂਟੀ ਨਹੀਂ ਖਾ ਰਹੇ ਤੁਸੀਂ ਨਹੀਂ ਠੀਕ ਹੈ ਜੀ ਨਰਿੰਦਰ ਬੀਬਾ ਜੀ ਦੀ ਆਵਾਜ਼ ਦੇ ਵਿੱਚ ਪਹਿਲਾ ਗੀਤ ਆ ਜਾਂਦਾ ਹਨਾ ਅੱਠਵੀਂ 'ਚ ਪੜ੍ਹਦੇ ਸੀ ਤੁਸੀਂ ਉਹ ਜਿਵੇਂ ਵੀ ਤੁਸੀਂ ਪਹੁੰਚ ਉਹਨਾਂ ਦਾ ਤੱਕ ਬਣਾਈ ਉਹ ਬਣ ਗਈ ਉਸ ਤੋਂ ਬਾਅਦ ਸੁਰਿੰਦਰ ਸ਼ਿੰਦਾ ਜੀ ਦੇ ਗੀਤ ਅਤੇ ਜਿਹੜੇ ਰਮਲਾ ਜੀ ਦੇ ਜਾਂ ਹੋਰ ਆਰਟਿਸਟਾਂ ਨੇ ਗਾਏ ਉਹ ਬੜੀ ਇੱਕ ਲੰਮੀ ਬਹਿਰ ਦੇ ਗੀਤ ਲਿਖਦੇ ਰਹੇ ਤੁਸੀਂ ਜਿਵੇਂ ਆਪਾਂ ਕਹਿ ਲਈਏ ਤੇਰੀ ਕਹਿੰਦੀ ਭਾਬੋ ਰਾਣੀ ਜਾ ਕੇ ਲਾ ਨਰਮੇ ਨੂੰ ਪਾਣੀ ਉੱਠ ਕੇ ਨਹਾ ਲੈ ਕੇਸ ਖਾ ਲੈ ਪੀ ਲੈ ਦੁੱਧ ਵੇ ਨਰੋਈ ਹੋ ਜੂ ਬੁੱਧ ਵੇ ਜੋਰ ਕੁਆਰਾ ਜਾਣ ਤੋਂ ਪਿਆਰਿਆ ਤੁਹਾਡੇ ਖਾਸ ਕਰਕੇ ਗੀਤ ਏਦਾਂ ਦੇ ਜਿਵੇਂ ਤੁਸੀਂ ਮੁੜ ਕੇ ਉਹੀ ਗੱਲਾਂ ਜਿਹੜੀਆਂ ਆਪਣੀਆਂ ਕਮੇਟੀ ਦੇ ਵਿੱਚ ਵਰਤੀਆਂ ਜਦੋਂ ਤੁਸੀਂ ਕਮੇਟੀ ਦੇ ਵਿੱਚ ਆਏ ਹਨਾ ਉਹ ਚਾਹੇ ਪੁਲਿਸ ਨਾਕੇ ਦੀ ਗੱਲ ਕਰ ਲਈਏ 100 ਮੀਲ ਦੀ ਚਾਹ ਹਨਾ ਅਸਲੀ ਨੇਤਾ ਉਹ ਕੀ ਸੀ ਕੈਸਰ ਤੁਹਾਡੀ ਅਸਲੀ ਨੇਤਾ ਨਕਲੀ ਲੋਕ ਹਨਾ ਅਤੇ ਇਹ ਸਾਰਾ ਕੁਝ ਉਹਦੇ ਵਿੱਚ ਵਰਤਿਆ ਇਹ ਕਿ ਤੁਸੀਂ ਸਿੱਖਿਆ ਲਈ ਵਗੈਰਾ ਕਿਸੇ ਨੂੰ ਲਿਖਣ ਦੀ ਵੀ ਸਿੱਖਿਆ ਕੋਈ ਨਹੀਂ ਸੀ ਰੋਸ਼ਨ ਸਾਗਰ ਜੀ ਤੁਹਾਡੇ ਉਸਤਾਦ ਜੀ ਤੁਸੀਂ ਦੱਸਿਆ ਨਾ ਗਾਉਣ ਦੇ ਉਸਤਾਦ ਉਹ ਗਾਉਣ ਦੇ ਉਸਤਾਦ ਉਹਨਾਂ ਕੋਲ ਲਿਖਣਾ ਵੀ ਸਿੱਖਿਆ ਲਿਖਦੇ ਵੀ ਸੀ ਉਹ ਲਿਖਦੇ ਅੱਛਾ ਲਿਖਣਾ ਕਿਸੇ ਕੋਲ ਨਹੀਂ ਸਿੱਖਿਆ ਅਤੇ ਜਦੋਂ ਇਹ ਗੀਤ ਪਹਿਲੀ ਵਾਰੀ ਤੁਹਾਡਾ ਮੇਰਾ ਖਿਆਲ ਸ਼ਿੰਦਾ ਜੀ ਦਾ ਪਹਿਲਾ ਗੀਤ ਉਹ ਸੀ ਪਹਿਲੀ ਵਾਰ ਮੁਕਲਾਵੇ ਆ ਗਏ ਤੇਰੀ ਮਾਂ ਦੀ ਪੱਟੂ ਕੁੱਤਿਓਂ ਹੈ ਨਾ ਪਹਿਲੀ ਵਾਰ ਮੁਕਲਾਵੇ ਆ ਇਹ ਜਦੋਂ ਗੀਤ ਆ ਗਿਆ ਪੰਜਾਬਣ ਜੱਟੀ ਤੋਂ ਬਾਅਦ ਆਇਆ ਹੈ ਬੀਬਾ ਜੀ ਵਾਲੇ ਗੀਤ ਤੋਂ ਹੇ ਬਾਬਾ ਇਹ ਸ਼ਿੰਦਾ ਜੀ ਨਾਲ ਕਿਵੇਂ ਰਾਬਤਾ ਬਣਿਆ ਫਿਰ ਸ਼ਿੰਦਾ ਜੀ ਇੱਥੇ ਪ੍ਰੋਗਰਾਮ ਤੇ ਆਏ ਤੇ ਬਠਿੰਡੇ ਜੀ ਪ੍ਰੋਗਰਾਮ ਤੇ ਉਹਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਅੱਛਾ ਜੀ ਟਰੱਕ ਵਾਲੇ ਨੇ ਵਿੱਚ ਟਰੱਕ ਮਾਰਿਆ ਅੱਛਾ ਅਤੇ ਸ਼ਿੰਦੇ ਨੇ ਪੁੱਛਿਆ ਵੀ ਤੇਰਾ ਇੱਥੇ ਕੋਈ ਹੈਗਾ ਜਿਹੜਾ ਤੇਰੀ ਜ਼ਬਾਨ ਦੇਵੇ ਕਹਿੰਦਾ ਜੀ ਮੇਰਾ ਨੇਕ ਮਟਣ ਵਾਲਾ ਤੁਹਾਡੇ ਵਾਗ ਸੀ ਪਹਿਲਾਂ ਹਾਂ ਅੱਛਾ ਥਰਮਲ 'ਚ ਅੱਛਾ ਅੱਛਾ ਉਹਨੇ ਕੋਈ ਫੋਨ ਕੀਤਾ ਮੈਨੂੰ ਚੰਬਿਆ ਸੀ ਹੋਟਲ 'ਚ ਬੈਠਾ ਇਹ ਹੋਟਲ 'ਚ ਬੈਠੇ ਦਾਰੂ ਪੀਂਦੇ ਸੀ ਅੱਛਾ ਉੱਥੇ ਮੈਂ ਬਾਗਿਆ ਗਿਆ ਪੁਰਥਾ ਬੈਠੇ ਜੀ ਅਤੇ ਇਹਨਾਂ ਨੇ ਗੱਡੀ ਕੜਾ ਬਚ ਰਿਹਾ ਢੋਲਕ ਫੁੱਟ ਗਈ ਅੱਛਾ ਪੇਟੀ ਫੁੱਟ ਗਈ ਠੀਕ ਆ ਉਹ ਲਿਜਾਣ ਵਾਸਤੇ ਕਹਿੰਦਾ ਵੀ ਤਲਕੇ ਨੂੰ ਪ੍ਰੋਗਰਾਮ ਵੀ ਲਾਉਣਾ ਅੱਛਾ ਅਸੀਂ ਇੱਕ ਬੰਦੇ ਨੂੰ ਲੈਣ ਵਾਸਤੇ ਆ ਗਏ ਉਹ ਬੰਦਾ ਬਾਅਦ 'ਚ ਮੇਰਾ ਵਿਚੋਲਾ ਹੀ ਬਣਿਆ ਅੱਛਾ ਜੀ ਮਤਲਬ ਸ਼ਿੰਦਾ ਜੀ ਨਾਲ ਰਾਬਤਾ ਤੁਹਾਡਾ ਉੱਥੋਂ ਬਣਿਆ ਇਹ ਗੀਤ ਫਿਰ ਉਸ ਤੋਂ ਬਾਅਦ ਦਿੱਤਾ ਹੋਵੇ ਜਮਾਨ ਤੁਸੀਂ ਭਰੀ ਇਹ ਰਿਕਾਰਡ ਹੋਇਆ ਫਿਰ ਖੂਬ ਵੱਜਿਆ ਏ ਅਤੇ ਫਿਰ ਤਾਂ ਇੱਕ ਵਾਰੀ ਬੱਲੇ ਬੱਲੇ ਹੋਰ ਹੋ ਗਈ ਹੈ ਨਾ ਪਹਿਲਾ ਗੀਤ ਹੀ ਤੁਹਾਡਾ ਚੱਲ ਗਿਆ ਸੀ ਅਤੇ ਰਮਲਾ ਸਾਹਿਬ ਦੇ ਸੰਪਰਕ 'ਚ ਤੁਸੀਂ ਆਏ ਉਹ ਗੀਤ ਆਇਆ ਸੀ ਸੁਰਮਾ ਜੇ ਪਾਉਂਦੀ ਨਾ ਹੈ ਨਾ ਕਾਨੂੰਨ ਦੁਖੜਿਆ ਸੁਰਮਾ ਜੇ ਪਾਉਂਦੀ ਨਾ ਕਿਆ ਬਾਤ ਆ ਖੂਬਸੂਰਤ ਗੀਤ ਸੀਗਾ ਅਤੇ ਰਮਲਾ ਸਾਹਿਬ ਵੀ ਉਸ ਵੇਲੇ ਹਿੱਟ ਸੀਗੇ ਪੂਰੇ ਅਤੇ ਉਹਨਾਂ ਤੋਂ ਬਾਅਦ ਇੱਕ ਆਇਆ ਹੁੰਦਾ ਰੰਨਾ ਦਾ ਮੁਕਦਮਾ ਭਾਰਾ ਇੱਥੇ 2 ਗੀਤ ਰਮਲਾ ਜੀ ਨੇ ਗਾਏ ਕੁੱਲ ਕਿੰਨੇ ਗੀਤ ਰਿਕਾਰਡ ਹੋ ਗਿਆ ਜੀ 150 ਗੀਤ ਰਿਕਾਰਡ ਕੋਈ ਕਲਾਕਾਰਾਂ ਦੀ ਹੈ ਗਿਣਤੀ ਸੂਚੀ ਤੁਹਾਡੇ ਕੋਲ ਕਿ ਕਿੰਨੇ ਕਿੰਨੇ ਗਾਏ ਆ ਕਲਾਕਾਰ ਤਾਂ ਇਹਦਾ ਕੀ ਬਣਾਇਆ ਨਾਂ ਲੈ ਦਿਓ ਥੋੜੇ ਜਿਹੇ ਸੁਰਿੰਦਰ ਸ਼ਿੰਦਾ ਗੁਲਸ਼ਨ ਕੋਮਲ ਕਰਤਾਰ ਰਾਮਲਾ ਸੁਖਵੰਤ ਸੁਖੀ ਪਰਗਣ ਤੇਜੀ ਪਰਮਜੀਤ ਪਾਲੀ ਰੇਸ਼ਮਾ ਠੀਕ ਆ ਪਾਕਿਸਤਾਨ ਦੀ ਰੇਸ਼ਮਾ ਜੀ ਕੰਗ ਏਐਸ ਕੰਗ ਹਾਂ ਜੀ ਹਾਂ ਉਹਨਾਂ ਨੇ ਗਾਇਆ ਕੂਨਰ ਕੇਐਸ ਕੂਨਰ ਹਾਂ ਹਾਂ ਉਹ ਸ਼ਾਇਦ ਇੰਗਲੈਂਡ 'ਚ ਰਹਿੰਦਾ ਹਾਂ ਜੀ ਕੈਨੇਡਾ ਕੈਨੇਡਾ ਹਾਂ ਜੀ ਠੀਕ ਆ ਫਿਰ ਤਾਂ ਸਾਰਿਆਂ ਨੇ ਗਾਏ